ਬਈ ਹੋਣਾ ਉਹ ਤੁਸੀਂ ਦੇਖੋ ਵੀ ਇੱਕ ਦਾ ਜਾਂਦਾ ਟਰੱਕ ਤੇ ਲਵੇ ਆਪਾਂ ਨੂੰ ਦੂਜਾ ਵੀ ਟਰੱਕ ਲੱਗਦਾ ਪਰ ਟਰੱਕ ਦੇਖੋ ਲਵੇ ਛੋਟਾ ਹੈ ਟਰੱਕ ਦੇ ਵਿੱਚ ਵੀ ਇੰਨਾ ਵਜਨ ਨਹੀਂ ਪੈਂਦਾ ਪਤੰਦਰ ਜਿੰਨਾ ਵਜਨ ਪਾਈ ਜਾਂਦੇ ਨੇ ਉਹ ਉਹੀ ਗੱਲ ਹੈ ਵੀ ਮਿਹਨਤੀ ਸਭ ਕੁਛ ਹੁੰਦੀ ਹੈ ਨਾ ਆਹ ਦੇਖੋ ਲੱਗਦਾ ਨਾ ਆਪਾਂ ਨੂੰ ਵੀ ਪਿੱਛੋਂ ਐਂ ਲੱਗਦਾ ਜਿਵੇਂ ਟਰੱਕ ਜਾਂਦਾ ਤੇ ਦੂਜਾ ਟਰੱਕ ਛੋਟਾ ਲੱਗਦਾ ਪਰ ਅਸਲ 'ਚ ਹੈ ਕੀ ਆ ਇਹਨੂੰ ਬਾਈ ਨੂੰ ਰੋਕ ਕੇ ਆਪਾਂ ਗੱਲਬਾਤ ਕਰਦੇ ਹਾਂ ਇੱਧਰ ਬਾਈ ਤੁਸੀਂ ਗੌਰ ਨਾਲ ਦੇਖੋ ਮੈਂ ਇੱਥੇ ਵੀਡੀਓ ਇਸੇ ਕਰਕੇ ਸਲੋਅ ਕਰਤੀ ਜਮਾਂ ਵੀ ਇਹ 735 ਟਰੈਕਟਰ ਆ ਸਵਰਾਜ ਵਾਲਿਆਂ ਦਾ ਬਾਈ ਪਤਾ ਨਹੀਂ ਉਹ ਪਤੰਦਰਾਂ ਨੇ ਇਹਦੇ ਵਿੱਚ ਕੀ ਪਾਇਆ ਆਹ ਦੇਖੋ ਆ ਗਿਆ ਸਵਰਾਜ 735 ਅੱਜ ਆਪਾਂ ਰੋਕ ਕੇ ਬੰਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਨਾ ਸਾਰਾ ਸੀਨ ਟਰੈਕਟਰ ਆ ਪਤੰਦਰ ਕੋਲ ਵੀ ਬੱਲੇ ਬੱਲੇ ਕਰਾਈ ਪਈ ਆ ਮਹਾਂ ਬਾਈ ਅਤੇ ਉਹ ਦੇਖੋ ਤੁਸੀਂ 735 ਬਾਈ ਲਾਈ ਮਾੜਾ ਸਾਈਡ 'ਤੇ ਗੱਡੀ ਲਾਈ ਅਤੇ ਦਿਖਾਉਣੇ ਆ ਗਏ ਤੁਹਾਨੂੰ ਅਤੇ ਇੰਨੇ ਬਾਈ ਨੂੰ ਹੱਸ ਦਿੰਦੇ ਪਹਿਲਾਂ ਤੁਹਾਨੂੰ ਮੈਂ ਚੱਲਦਾ ਦਿਖਾ ਦਾ ਇੱਕ ਮਿੰਟ ਅਤੇ ਆਪਣੇ ਕੋਲ ਦੀ ਟਰੈਕਟਰ ਲੰਘੂ ਆ ਬਾਈ 735 ਟਰੈਕਟਰ ਆ ਉਹ ਸਵਰਾਜ ਵਾਲਿਆਂ ਦਾ ਦੇਖੋ ਕਿੱਡੀ ਗੱਲਬਾਤ ਮੈਂ ਕਹਿੰਦਾ ਸ਼ਰਾ ਕਰਾਇਆ ਪਿਆ ਜੋ ਬਾਈ ਨੇ ਰੋਕ ਲਿਆ ਉੱਥੇ ਨਾ ਗੱਲਬਾਤ ਕਰਦੇ ਆਪਾਂ ਨਮਸਕਾਰ ਦੋਸਤੋ ਕੈਸੇ ਹੋ ਉਮੀਦ ਕਰਦਾ ਹਾਂ ਕਿ ਆਪ ਸਭ ਠੀਕ ਹੋਗੇ ਦੋਸਤੋ ਆਪਕੇ ਸਾਹਮਣੇ ਮੈਂ ਇੱਕ ਐਸੀ ਵੀਡੀਓ ਪੇਸ਼ ਕਰਨ ਜਾ ਰਿਹਾ ਹਾਂ ਕਿ ਆਪਣੇ ਸੋਚਿਆ ਹੀ ਨਹੀਂ ਹੋਗਾ ਕਿ ਇਤਨੀ ਕਮ ਪਾਵਰ ਕਾ ਟਰੈਕਟਰ ਇਤਨਾ ਲੋਡ ਉਠਾ ਲਾਏਗਾ ਤੋ ਹਮਾਰੇ ਸਾਥ ਹਮਾਰੇ ਬਾਈ ਗੁਰਜਿੰਦਰ ਜੀ ਹੈ ਔਰ ਇੱਕ ਜੇ ਬਾਈ ਹੈ ਆਪ ਪਹਿਲੇ ਤੋਂ ਟਰੈਕਟਰ ਦੇਖੀਏ ਸਵਰਾਜ ਵਾਲੋਂ ਕਾ 735 ਟਰੈਕਟਰ ਹੈ ਬਾਈ ਔਰ ਇਸਮੇ ਜੋ ਵਜਨ ਡਾਲਾ ਹੁਆ ਏਕ ਟਰੱਕ ਸੇ ਵੀ ਜ਼ਿਆਦਾ ਹੈ ਏਕ ਬੜੇ ਟਰੱਕ ਮੇਂ ਵੀ ਇਤਨਾ ਜੋ ਲੋਡ ਹੈ ਵੋ ਟਰੱਕ ਇਤਨਾ ਲੋਡ ਨਹੀਂ ਉਠਾ ਸਕਦਾ ਜਬਕਿ ਦੇਖਿਓ ਇੱਕ ਕਿਸਾਨ ਕਾ 735 ਟਰੈਕਟਰ ਹੈ ਜੋ ਕਿਸਾਨ ਵੀਰ ਕਿਰਾਏ ਕਾ ਕਾਮ ਕਰਤਾ ਹੈ ਇਸਨੇ ਸਪੈਸ਼ਲ ਇਸਕੇ ਲੀਏ ਬੜਾ ਜੋ ਟਰਾਲਾ ਹੈ ਵੋ ਵੀ ਤਿਆਰ ਕੀਆ ਹੁਆ ਹੈ ਹਮ ਬਾਈ ਸਾਹਿਬ ਸੇ ਬਾਤ ਕਰਤੇ ਹੈ ਬਾਈ ਸਾਹਿਬ ਆਈਏ ਆਪ ਸੇ ਬਾਤ ਕਰਤੇ ਹੈ ਇੱਧਰ ਆਈਏ ਬਾਈ ਸਾਹਿਬ ਕਿਆ ਨਾਮ ਹੈ ਬਾਈ ਮੋਹਿਤ ਪਾਰਲੇਕਰ ਮੋਹਿਤ ਕੁਮਾਰ ਜੀ ਮੋਹਿਤ ਕੁਮਾਰ ਠੀਕ ਹੈ ਸਰ ਥੋੜਾ ਸ਼ੋਰ ਕੀ ਵਜ੍ਹਾ ਸੇ ਕੰਮ ਸੁਣ ਰਹਾ ਹੈ ਨਾ ਤੋ ਬਾਈ ਇਸਮੇ ਕਿਆ ਆਪਣੇ ਲੋਡ ਕਿਆ ਕੀਆ ਹੁਆ ਇਸਮੇ ਇਸਮੇ ਫੀਡ ਲੋਡ ਕਰਕੇ ਜੀ ਫੀਡ ਪਸ਼ੂਆਂ ਕੀ ਜਾਂ ਪੋਲਟਰੀ ਕੀ ਪੋਲਟਰੀ ਫਾਰਮ ਕੀ ਅੱਛਾ ਕਿਤ ਬੋਰੀਓ ਮੇ ਹੈ ਹਾਂ ਜੀ ਬੋਰੀ ਮੇ ਜੀ ਕਿਤਨੇ ਕਿਲੋ ਕੀ ਇੱਕ ਗੱਟਾ ਹੈ ਇਹ ਕਮ ਤੇ ਕਮ 60 ਕਿਲੋ ਦਾ ਇੱਕ ਗੱਟਾ ਹੈ ਜੀ 60 ਕਿਲੋ ਦਾ ਕਿਤਨੇ ਗੱਟੇ ਆਪਨੇ ਇਸਮੇ ਲੋਡ ਕਰ ਰੱਖੇ ਹੈ ਇਸਮੇ 400 ਦੇ ਆਸ ਪਾਸ ਇਸਮੇ ਲੋਡ ਕਰ ਰੱਖਾ ਹੈ ਦੋਸਤੋ 60 ਕਿਲੋ ਕੇ ਆਪ ਹਿਸਾਬ ਲਗਾ ਲੋ ਇਤਨਾ ਤੋਂ ਮੇਰੇ ਹਿਸਾਬ ਸੇ ਇੱਕ ਟਰੱਕ ਮੇ ਵੀ ਵਜਨ ਨਹੀਂ ਜਾਤਾ ਨਹੀਂ ਜੀ ਹੈ ਚਲਾ ਜਾਤਾ ਹੈ ਪਰ ਬੜੀ ਗਾੜੀ ਮੇ ਜਾਤਾ ਹੈ ਬੜੀ ਗਾੜੀ ਮੇ ਜਾਤਾ ਹੈ ਨਾ ਪਰ ਅਗਰ ਟਰੈਕਟਰ ਕੇ ਸਾਹਮਣੇ ਬਾਤ ਕਰੇ ਦੇਖੋ ਹਨਾ ਜੇ ਬਾਈ ਟਰਾਲਾ ਕਿਤਨੇ ਫੁੱਟ ਗਏ ਜੇ ਟਰਾਲਾ 16 ਫੁੱਟ ਲੰਬਾ ਚੜਾਈ ਕਿਤਨੀ ਹੈ ਇਸਕੀ 7 ਫੁੱਟ ਚੌੜਾ ਔਰ 16 ਫੁੱਟ ਜੋ ਹੈ ਲੰਬਾ ਆਪ ਦੇਖੀਏ ਬਾਈ ਸਾਹਿਬ ਇਸ ਤਰੀਕੇ ਕੇ 400 ਕੱਟਾ ਇਸਮੇ ਜੋ ਲੋਡ ਕੀਏ ਹੋਏ ਹੈ ਪੋਲਟਰੀ ਫਾਰਮ ਕੀ ਫੀਡ ਹੈ ਔਰ ਇਸੇ ਲਿਆ ਕੌਨ ਸਾ ਟਰੈਕਟਰ ਹੈ 735 ਮੈਨੇ ਰੋਡ ਪੇ ਜਾਤੇ ਦੇਖਾ ਕਿ ਕੋਈ ਮੁਝੇ ਲਗਾ ਕਿ ਇਸਕੇ ਸਾਥ ਸਾਥ ਕੋਈ ਬੜਾ ਟਰੈਕਟਰ ਹੋਗਾ ਕਿ ਕੋਈ ਕਿਸੀ ਬੜੀ ਕੰਪਨੀ ਕਾ ਬੜਾ ਟਰੈਕਟਰ ਹੋਗਾ ਪਰ ਜਬ ਮੈਨੇ ਦੇਖਾ ਜੇ ਹਮਾਰਾ ਸਵਦੇਸੀ ਸਵਰਾਜ ਕੰਪਨੀ ਕਾ 735 ਟਰੈਕਟਰ ਹੈ ਬਾਈ ਆਪ ਦੇਖ ਕਰ ਹੈਰਾਨ ਹੋ ਜਾਓਗੇ ਬਾਈ ਲੋਡ ਵਗੈਰਾ ਤਾਂ ਨਹੀਂ ਲੇਤਾ ਇਸਮੇ ਐਸਾ ਕਿਆ ਕੋਈ ਆਇਆ ਹੋਇਆ ਆਪਣੇ ਕੁਛ ਨਹੀਂ ਜੀ ਆਮ ਟਰੈਕਟਰ ਹੈ ਜੀ ਨਹੀਂ ਕੁਛ ਤੋਂ ਖਾਸ ਕੀਆ ਹੋਗਾ ਆਪਣੇ ਇਸਮੇ ਨਹੀਂ ਜੀ ਬਸ ਜੈਸੇ ਆਮ ਟਰੈਕਟਰ ਹੈ ਬਸ ਵੈਸੇ ਹੈ ਜੀ ਨਹੀਂ ਮੈਨੂੰ ਲੱਗ ਰਿਹਾ ਹੈ ਬਾਈ ਕਿ ਆਪ ਬਤਾ ਨਹੀਂ ਰਹੇ ਬਾਈ ਆਪਣੇ ਇਸਮੇ ਕਿਆ ਕੁਛ ਨਹੀਂ ਕਰ ਰਿਹਾ ਹੈ ਆਪਣੇ ਕੁਛ ਸਪੈਸ਼ਲ ਕੀਆ ਚਲੋ ਬਾਈ ਸਟਾਰਟ ਕਰੋਗੇ ਚਲਾਓਗੇ ਇਸੇ ਹਮ ਦਿਖਾਏ ਹਮਾਰੇ ਵੀਰੋਂ ਕੋ ਕੇ ਚਲੋ ਬਾਈ ਦੇਖਦੇ ਕੋਈ ਆ ਕੇ ਸੁਧ ਨਹੀਂ ਉੱਠਦਾ ਜੀ ਜੇ ਬੇਟ ਲਗਾਇਆ ਹੋਇਆ ਜਾਂ ਕਿਆ ਹੈ ਜੇ ਹੀ ਮੈਨੂੰ ਸਿਰਫ ਨਾਰਮਲ ਸੋ ਹੀ ਲੱਗ ਰਹੀ ਹੈ ਚਲੋ ਬਾਈ ਚਲਾਓ ਇਸੇ ਸਟਾਰਟ ਕਰੋ ਜੇ ਦੇਖੀਏ ਦੋਸਤੋ ਬਿਲਕੁਲ ਵੀ ਲੋਡ ਨਹੀਂ ਮੰਨ ਰਿਹਾ ਮੁਝੇ ਤੋਂ ਐਸਾ ਥਾ ਕਿ ਟਰੈਕਟਰ ਆਗੇ ਸੇ ਉਠੇਗਾ ਜੈਸੇ 735 ਟਰੈਕਟਰ ਹੈ ਉਪਰ ਸੇ ਇਤਨਾ ਵਜਨ ਆਪ ਦੇਖ ਕਰ ਹੈਰਾਨ ਰਹਿ ਜਾਓਗੇ ਕਮਾਲ ਕੀ ਬਾਤ ਹੈ ਦੋਸਤੋ ਜੇ TSV ਤਾਰਾ ਸਿੰਘ ਬਿਲਗਾ ਵਾਲੋਂ ਕੀ ਟਰਾਲੀ ਹੈ ਦੇਖ ਲਓ ਦੋਸਤੋ ਆਪਕੇ ਸਾਹਮਣੇ ਐਗਜ਼ੈਂਪਲ ਕਿਸਾਨ ਕਾ ਟਰੈਕਟਰ